ਆ ਵੰਗਾਂ ਹੈ ਜਿਹੜੀਆਂ ਔਰਤਾਂ ਪਹਿਨਦੀਆਂ ਸੀ, ਆ ਉਹ ਖਿਡੌਣੇ ਆ ਜਿਨ੍ਹਾਂ ਨਾਲ ਬੱਚੇ ਖੇਡਦੇ ਸੀ, ਆ ਉਹਨਾਂ ਦੇ ਹੋਰ ਘਰੇਲੂ ਵਰਤਣ ਦੀਆਂ ਛਾਲਣੀਆਂ। ਇਹ ਇੱਕੋ ਜਿੰਦਾ ਇੱਕੋ ਵਾਰੀ ਪੰਜ ਚਾਬੀਆਂ ਨਾਲ ਖੁੱਲਦਾ ਜੀ। ਜਿਹੜੇ ਇਹ ਨੋਟ ਦੇਖ ਰਹੇ ਹੋ, ਇੰਡੀਆ ਇੰਡੀਅਨ ਜਿਹੜਾ ਟਕਸਾਲ ਦੇ ਵਿੱਚ ਅੱਜ ਤੱਕ ਜਿੰਨੇ ਵੀ ਨੋਟ ਛਪੇ ਹੈ ਉਹਨਾਂ ਦਾ ਇੱਕ ਇੱਕ ਸੈਂਪਲ ਇੱਥੇ ਰੱਖਿਆ ਗਿਆ। ਇਹ ਉਹੀ ਵੀ ਸੀ ਆਰ ਜਦੋਂ ਕੋਈ ਰਿਸ਼ਤੇਦਾਰ ਆ ਜਾਂਦੇ ਆਪਾਂ ਕਹਿੰਦੇ ਸੀ ਅੱਜ ਨਾ ਜਾਈਏ, ਅੱਜ ਵੀ ਸੀ ਆਰ ਲਿਆਵਾਂਗੇ। आ जाओ आप अगे दी, क्योंकि तस्वीर ये म्यूजियम की जे घर तुम देखोगे तो कहते बहुत वड्डा म्यूजियम है। वड्डा मैं ता कहा क्योंकि ये जिहड़ियां वेखण वालियां चीज़ां ने शायद ही तुहानू पहला तुसी कितें देखी आउण ते ना मैनू ये भी लगता वेखण नू नहीं मिलनियां। तो थल्लों आप टिफन वाले काम तो शुरू करते हैं, कहते भी टिफन पित्तल दे तां ये भी कितें ना कितें अलग जी चीज़ है। ਇਹ ਟਿਫਨਾਂ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਆ ਗਏ ਜੀ ਕਹਿੰਦੇ ਗਰਮ ਰੋਟੀ ਵਾਲੇ ਟਿਫਨ, ਕਹਿੰਦੇ ਇਹਨਾਂ 'ਚ ਵੀ ਇੱਕ ਉਹ ਕੋਲੇ ਵਾਲਾ ਦਿੱਤਾ ਹੁੰਦਾ ਸੀ ਸਿਸਟਮ? ਅੱਗੇ ਪੁਰਾਣੇ ਜਿਹੜੇ ਟਿਫਨ ਹੁੰਦੇ ਸੀ, ਪੁਰਾਣੇ ਘਰ ਹੁੰਦੇ ਸੀ, ਪੁਰਾਣੇ ਘਰਾਣੇ ਹੁੰਦੇ ਸੀ, ਵੱਡੇ ਪਰਿਵਾਰ ਹੁੰਦੇ ਸੀ। ਅੱਜ ਤਾਂ ਹੁਣ ਦੋ ਡੱਬਿਆਂ ਦਾ ਵੱਧ ਤੋਂ ਵੱਧ ਤਿੰਨ ਡੱਬਿਆਂ ਦਾ ਟਿਫਨ ਆਉਂਦਾ। ਬਿਲਕੁਲ। ਅਤੇ ਅੱਗੇ ਜਿਹੜੇ ਚਾਰ ਚਾਰ ਡੱਬੇ ਆ ਉਹ ਵੀ ਦੋ ਦੋ ਤਿੰਨ ਤਿੰਨ ਡੱਬਿਆਂ ਵਰਗਾ ਇੱਕ ਡੱਬਾ ਹੁੰਦਾ ਸੀ, ਤਾਂ ਉਹਨਾਂ ਦੇ ਵਿੱਚ ਚਟਨੀ ਰੱਖਣ ਨੂੰ, ਰੋਟੀਆਂ ਪਾਉਣ ਨੂੰ, ਸਬਜ਼ੀ ਪਾਉਣ ਨੂੰ ਅਲੱਗ ਅਲੱਗ ਥਾਂ ਹੁੰਦੀ ਸੀ। ਟਿਫਨ ਦੇ ਵਿੱਚ ਗਰਮ ਰੱਖਣ ਵਾਲੇ ਵੀ ਹੁੰਦੇ ਸੀਗੇ, ਪਰ ਜਿਹੜੇ ਆਹ ਉੱਪਰ ਦੇਖ ਰਹੇ ਹੋ ਤੁਸੀਂ, ਇਹ ਗਰਮ ਪਾਣੀ ਵਾਲੀਆਂ ਜੀਆਂ, ਗਰਮ ਚਾਹ ਵਾਲੀਆਂ ਕੇਤਲੀਆਂ ਹੈਗੀਆਂ। ਇਹਦੇ ਵਿੱਚ ਬਹੁਤ ਚਿਰ ਚਾਹ ਗਰਮ, ਇਹਦੇ ਵਿੱਚ ਵੀ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਂ ਆ ਜਾਂਦੇ ਆ, ਇਹਦੇ ਵਿੱਚ ਵੀ ਕੋਇਲਾ ਪੈਂਦਾ ਸੀਗਾ। ਤਾਂ ਇਹ ਪੁਰਾਣੇ ਜਿਵੇਂ ਹੱਥ ਧੋਣ ਵਾਲੀਆਂ ਚਿਲਮਚੀਆਂ ਜਾਂ ਇਹ ਹੋਰ ਬਹੁਤ ਸਾਰਾ ਦੇ ਕਰਮੰਡਲ ਟਾਈਪ ਹੈ, ਤਾਂ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਪੁਰਾਣੇ ਜ਼ਮਾਨੇ ਦੀਆਂ। ਜੋ ਇੱਧਰ ਵੀ ਦੇਖ ਲਈਏ ਆਪਾਂ ਮਿੱਟੀ ਦੇ ਭਾਂਡੇ, ਕਹਿੰਦੇ ਹੁਣ ਜਿਹੜੇ ਅਲੋਪ ਹੁੰਦੇ ਜਾ ਰਹੇ ਆ ਤਾਂ ਉਹਨਾਂ ਨੂੰ ਵੀ ਇੱਕ ਦਿੱਖ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈ। ਇਹ ਪੁਰਾਣਾ ਮਿੱਟੀ ਦੇ ਭਾਂਡੇ ਨਹੀਂ ਜੀ, ਨਾ ਇਹਨਾਂ ਨੂੰ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਇਹ ਤੁਸੀਂ ਦੇਖੋ, ਇਹ 5000 ਸਾਲ ਪੁਰਾਣੀਆਂ ਵਸਤਾਂ ਹੈ, ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਹੈ। ਇਹਦੇ ਵਿੱਚ ਤੁਸੀਂ ਦੇਖੋ ਜੀ, ਇਹ ਪੁਰਾਣੇ ਹੱਥ ਗੋਲੇ, ਅੱਛਾ ਜੀ, ਜਿਹੜੇ ਉਹ ਤੀਰ ਆਪਣੇ ਗੋਸ਼ੇ ਬਣਾ ਕੇ ਉਹਨਾਂ ਨਾਲ ਚਲਾਉਂਦੇ ਸੀ, ਇਹਦੇ ਨਾਲ ਹੀ ਵਸਤਾਂ ਤੋਲਦੇ ਸੀ। ਆਹ ਵੰਗਾਂ ਜਿਹੜੀਆਂ ਔਰਤਾਂ ਪਹਿਨਦੀਆਂ ਸੀ, ਆਹ ਉਹ ਖਿਡੌਣੇ ਆ ਜਿਹਨਾਂ ਨਾਲ ਬੱਚੇ ਖੇਡਦੇ ਸੀ, ਆਹ ਉਹਨਾਂ ਦੇ ਹੋਰ ਘਰੇਲੂ ਵਰਤਣ ਦੀਆਂ ਛਾਲਣੀਆਂ। ਉਦੋਂ ਜਦੋਂ 5000 ਸਾਲ ਪਹਿਲਾਂ ਲੋਹੇ ਦਾ ਪ੍ਰਚਲਨ ਨਹੀਂ ਸੀ, ਧਾਤਾਂ ਦਾ ਪ੍ਰਚਲਨ ਨਹੀਂ ਸੀ, ਜੇ ਸੀ ਤਾਂ ਉਹਨਾਂ ਨੂੰ ਢਾਲਣ ਦਾ ਕੋਈ ਪ੍ਰਬੰਧ ਨਹੀਂ ਸੀ। ਤਾਂ ਜਿਹੜਾ ਘਰਾਂ ਦੇ ਵਿੱਚ ਇਹੀ ਜਿਹੜੀ ਬਰਤਨ ਹੈ, ਜਿਹੜੇ ਦੇਖੋ ਕਿੰਨੇ ਬਰੀਕੀ ਨਾਲ ਬਣੇ ਹੋਏ, ਬਿਲਕੁਲ ਬਿਲਕੁਲ, ਉਹ ਜਿਹੜੀਆਂ ਅਸੀਂ ਪੜ੍ਹਦੇ ਹਾਂ ਕਿ 5000 ਸਾਲ ਪਹਿਲਾਂ ਲੋਕ ਪੱਕੇ ਘਰਾਂ ਦੇ ਵਿੱਚ ਪੱਕੀਆਂ ਨਾਲੀਆਂ ਬਣਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਵਧੀਆ ਗੁਸਲਖਾਨੇ ਬਣੇ ਹੁੰਦੇ ਸੀ, ਉਹ ਇੱਟਾਂ ਹੈ। ਤਾਂ ਇਹ ਉਹਨਾਂ ਦੇ ਬਰਤਨ ਹੈ, ਜਿਵੇਂ ਆਹ ਦੇਖੋ, ਆਹ ਜੱਗ ਦੀ ਬਰਤਨ ਹੈ, ਆਹ ਸੁਰਾਹੀ ਹੈ, ਇਹ ਛੋਟੇ ਛੋਟੇ ਹੋਰ ਬਰਤਨ ਹੈ, ਆਹ ਹੁੱਕਾ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਇਕੱਤਰ ਕਰਨੀਆਂ, ਜਿਹੜੀਆਂ ਮੈਨੂੰ ਇੱਥੇ ਮੇਰੇ ਵੱਡੇ ਵੀਰ ਸਰਦਾਰ ਖਿੱਲੂ ਸਿੰਘ ਹੈ, ਜੈ ਸਿੰਘ ਵਾਲੇ ਦੀ ਹੈ, ਇਹਨਾਂ ਨੇ ਮੇਰੀ ਮਦਦ ਕੀਤੀ। ਤਾਂ ਇਸ ਪਿੰਡ ਦੇ ਵਿੱਚੋਂ ਵੀ ਅਸੀਂ ਇਹ ਵਸਤਾਂ ਲੱਭਣ ਦੇ ਵਿੱਚ ਕਾਮਯਾਬ ਹੋਏ ਹਾਂ। ਇੱਥੇ ਪੁਰਾਤਨ ਥੇ ਸੀ, ਉੱਥੋਂ ਵੀ ਸਾਨੂੰ ਕੁਝ ਵਸਤਾਂ ਮਿਲੀ। ਵੀ ਤੁਹਾਡਾ ਤਾਂ ਫਿਰ ਉਹੀ ਹੈ ਵੀ ਜਿੱਥੋਂ ਚੀਜ਼ ਮਿਲ ਗਈ ਤਾਂ ਛੱਡਣੀ ਨਹੀਂ, ਭਾਵੇਂ ਕਿਤੋਂ ਵੀ ਹੋਈ। ਬਿਲਕੁਲ। ਇੱਧਰ ਕਰੰਸੀ ਵੱਲ ਵੀ ਦੇਖ ਲਈਏ, ਥੋੜ੍ਹੀ ਜਿਹੀ ਝਾਤ ਮਾਰ ਲਈਏ, ਕਿਉਂਕਿ ਇਹਦੇ ਵਿੱਚ ਹਰ ਤਰ੍ਹਾਂ ਦੀ ਕਰੰਸੀ ਸੰਜੋਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈ, ਕਿਉਂਕਿ ਇਹ ਸਾਰੀ ਭਾਰਤ ਦੀ ਕਰੰਸੀ ਹੀ ਆ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਨੋਟ ਜਿਹੜੇ, ਭਾਵੇਂ ਕੋਈ 5 ਦਾ ਨੋਟ ਹੈ, ਭਾਵੇਂ ਕੋਈ 10 ਦਾ ਨੋਟ ਹੈ, ਅਤੇ ਭਾਵੇਂ ਕੋਈ 50 ਦਾ ਨੋਟ ਹੈ, ਹਰ ਤਰ੍ਹਾਂ ਦੇ ਨੋਟ ਇਹਦੇ ਵਿੱਚ ਇਕੱਠੇ ਕਰਨੇ। ਕਿਉਂਕਿ ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਇੱਕ ਪ੍ਰਚਲਿਤ ਚੱਲਿਆ, ਕਹਿੰਦੇ ਵੀ ਫਲਾਣੇ ਹਿਰਨਾ ਵਾਲਾ ਨੋਟ ਦੇ ਦਿਓ ਜੀ, 1,00,000 ਰੁਪਇਆ ਲੈ ਲਓ ਜੀ। ਤਾਂ ਤੁਸੀਂ ਜਿਹੜੇ ਇਹ ਨੋਟ ਦੇਖ ਰਹੇ ਹੋ, ਇੰਡੀਆ ਇੰਡੀਅਨ ਜਿਹੜਾ ਟਕਸਾਲ ਦੇ ਵਿੱਚ ਅੱਜ ਤੱਕ ਜਿੰਨੇ ਵੀ ਨੋਟ ਛਪੇ ਹੈ ਉਹਨਾਂ ਦਾ ਇੱਕ ਇੱਕ ਸੈਂਪਲ ਇੱਥੇ ਰੱਖਿਆ ਗਿਆ। ਹਰ ਤਰ੍ਹਾਂ ਦਾ ਨੋਟ ਹੈ ਇੱਥੇ, ਜਿਵੇਂ ਤੁਸੀਂ ਦੇਖ ਰਹੇ ਹੋ ਇਹ 1954 ਦੇ ਵਿੱਚ ਛਪਿਆ 10,000 ਦਾ ਨੋਟ ਹੈ। ਜਦੋਂ ਉਸ ਟਾਈਮ ਵੀ 10,000 ਦਾ ਨੋਟ ਸੀ ਜੀ, ਜਦੋਂ ਇਹ 10,000 ਦਾ ਨੋਟ ਹੁੰਦਾ ਸੀ, ਚੱਲਦਾ ਸੀ, ਤਾਂ ਉਦੋਂ 10,000 ਦੀ 15 ਕਿੱਲੇ ਜ਼ਮੀਨ ਆ ਜਾਂਦੀ ਸੀ। ਤਾਂ ਆਹ ਸਾਰਾ ਖਰੀਦ ਲੈਂਦੇ। ਹਾਂਜੀ, ਇਹ ਬਹੁਤ ਬਹੁਤ ਘੱਟ ਛਪੇ ਸੀ, ਬਹੁਤ ਘੱਟ ਲੋਕਾਂ ਕੋਲੇ ਸੀ। ਆਹ 100 ਦੇ ਨੋਟ ਅੰਗਰੇਜ਼ਾਂ ਵੇਲੇ ਦੇ ਸਾਰੇ, ਆਹ ਸਾਰੇ ਵਿਕਟੋਰੀਆ ਵਾਲੇ ਜਾਂ ਜੋਰਜ ਵਾਲੇ ਨੋਟ ਹੈ। ਉਸ ਤੋਂ ਬਾਅਦ ਆਹ ਵੱਡੇ ਨੋਟ ਹੈ, ਇੰਡੀਅਨ ਕਰੰਸੀ ਹੈ। ਤਾਂ ਸਾਰੇ ਤੁਸੀਂ ਦੇਖ ਰਹੇ ਹੋ, 5 ਹਰਨੀਆਂ, 7 ਹਰਨੀਆਂ, 4 ਹਿਰਨੀਆਂ ਵਾਲੇ, ਇਹ 5 ਦੇ ਨੋਟ ਹੈ। ਆ ਜਾਓ ਆਪਾਂ ਅੱਗੇ ਵੀ ਥੋੜ੍ਹਾ ਥੋੜ੍ਹਾ, ਕਿਉਂਕਿ ਨਾਲੋਂ ਨਾਲ ਝਾਤ ਮਾਰਦੇ ਰਹੀਏ। ਤਾਂ ਇੱਧਰ ਪਿਆਨੋ, ਕਹਿੰਦੇ ਜੀ
ਪਿਆਨੋ ਦਾ ਰਿਵਾਜ ਅੱਗੇ ਕਹਿੰਦੇ ਘਰਾਂ ਦੇ ਵਿੱਚ ਬਹੁਤ ਪਿਆਨੋ ਜਿਹੜੇ ਵੱਡੇ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਪੰਜਾਬ ਦੇ ਵਿੱਚ ਪਿਆਨੋ ਨਹੀਂ ਹੁੰਦਾ ਸੀ ਜੀ ਜੇ ਅਸੀਂ ਸਾਊਥ ਇੰਡੀਆ ਦੇ ਵਿੱਚ ਜਾਈਏ ਉੱਤਰੀ ਭਾਰਤ ਜਾਂ ਸੈਂਟਰ ਦਿੱਲੀ ਵਗੈਰਾ ਫਿਲਮਾਂ ਫੁਲਮਾਂ 'ਚ ਬਹੁਤ ਵੇਖਿਆ ਨਾ ਵਜਾਉਂਦੇ ਜੀ ਉੱਥੇ ਇਹ ਪਿਆਨੋ ਦਾ ਬਹੁਤ ਰਿਵਾਜ ਸੀ ਸਾਡੇ ਪੰਜਾਬ ਦੇ ਵਿੱਚ ਤਾਂ ਸਰੰਗੀ ਹੁੰਦੀ ਸੀ ਜਾਂ ਤਬਲਾ ਹੁੰਦਾ ਸੀ ਜਾਂ ਲਗੋਜ਼ੇ ਜਾਂ ਬਾਂਸਰੀ ਹੁੰਦੀ ਸੀ ਜੀ ਅਤੇ ਇੱਧਰਲੇ ਪਾਸੇ ਵੀ ਆ ਜਾਈਏ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਚੀਜ਼ਾਂ ਨੇ ਸ਼ਾਇਦ ਇਹ ਦੁਬਾਰਾ ਦੇਖਣ ਨੂੰ ਨਾ ਮਿਲਣ ਇੱਕ ਆ ਬੱਟਿਆਂ ਦੇ ਨਾਲ ਇੱਕ ਹੋਰ ਚੀਜ਼ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਇੱਕ ਮੈਂ ਦੱਸਦਾ ਕਿ ਹੁਣ ਇਲੈਕਟ੍ਰੋਨਿਕ ਬੱਟੇ ਚੱਲ ਕੇ ਚਾਹੇ ਅਸੀਂ ਕੁਇੰਟਲ ਤੋਲਣਾ ਚਾਹੇ ਇੱਕ ਗ੍ਰਾਮ ਤੋਲਣਾ ਤਾਂ ਇਲੈਕਟ੍ਰੋਨਿਕ ਆ ਗਏ ਇਸ ਤੋਂ ਪਹਿਲਾਂ ਸਾਡੇ ਕੋਲ ਇਹ ਤੱਕੜੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਤੁਲੇ ਕਹਿੰਦੇ ਸੀ ਜਾਂ ਕੰਡੇ ਕਹਿੰਦੇ ਸੀ ਇਹਦੇ ਵਿੱਚ ਸੋਨੇ ਤੋਂ ਲੈ ਕੇ ਰੰਗ ਤੋਲਦੇ ਅੱਗੇ ਤੋਲਿਆਂ 'ਚ ਚੀਜ਼ਾਂ ਮਿਲਦੀਆਂ ਤਾਂ ਲੈਚੀਆਂ ਜਾਂ ਲੌਂਗ ਇਹਨਾਂ ਨਾਲ ਤੋਲਦੇ ਜਾਂ ਜਿਹੜੀਆਂ ਛਟਾਂਗ ਦੇ ਤਾਂ ਇਹ ਸਾਰੇ ਵੱਟੇ ਆ ਜਿਹੜੇ ਇਹ ਮਿਲੀਗ੍ਰਾਮਾਂ ਤੱਕ ਵੱਟੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਅੱਛਾ ਜੀ ਇਹ ਮਿਲੀਗ੍ਰਾਮਾਂ ਤੱਕ ਵੱਟੇ ਆ ਅੱਧੇ ਮਿਲੀਗ੍ਰਾਮ ਤੱਕ ਵੱਟਾ ਹੁੰਦਾ ਤਾਂ ਇਹ ਚੀਜ਼ਾਂ ਸੋਨਾ ਤੋਲਣ ਦੇ ਕੰਮ ਆਉਂਦੀਆਂ ਸੀ ਤਾਂ ਪੁਰਾਣੇ ਤਾਲੇ ਹੈ ਤਾਂ ਇਸ ਤਰ੍ਹਾਂ ਉਹ ਪੁਰਾਣੀਆਂ ਲਾਈਟਾਂ ਹੈ ਸਾਈਕਲ ਦੀਆਂ ਲਾਈਟਾਂ ਜਾਂ ਹੋਰ ਪੁਰਾਣੇ ਇਹ ਮੈਂ ਆਹ ਸਵਾਲ ਜਿੰਦੇ ਬਾਰੇ ਪੁੱਛਣਾ ਜੀ ਕਿਉਂਕਿ ਇਹ ਜਿੰਦਾ ਦੇ ਨਾਲ ਚਾਬੀਆਂ ਬਹੁਤ ਨੇ ਇਹ ਇੱਕੋ ਜਿੰਦਾ ਇੱਕੋ ਵਾਰੀ ਪੰਜ ਚਾਬੀਆਂ ਨਾਲ ਖੁੱਲਦਾ ਜੀ ਅੱਛਾ ਹਾਂਜੀ ਹਾਂਜੀ ਅਤੇ ਇਹਨੂੰ ਪੰਜ ਚਾਬੀਆਂ ਲੱਗਣੀਆਂ ਤਾਂ ਹੀ ਖੁੱਲੇਗਾ ਨਹੀਂ ਖੁੱਲਣਾ ਲੱਗਣਗੀਆਂ ਕਿਸੇ ਨੂੰ ਲਾਉਣੀਆਂ ਆਉਣਗੀਆਂ ਤਾਂ ਇਹ ਜਿੰਦਰਾ ਖੁੱਲੂਗਾ ਅਤੇ ਤੁਹਾਨੂੰ ਤੁਸੀਂ ਲਾ ਲੈਂਦੇ ਹੋ ਫਿਰ ਇਹਨੂੰ ਹਾਂ ਫਿਰ ਇਹ ਸਾਨੂੰ ਤਾਂ ਸਿੱਖਣਾ ਪਿਆ ਕਿਉਂਕਿ ਲਿਆਂਦਾ ਫਿਰ ਸਿੱਖਿਆ ਲਓ ਜੀ ਅਲਗੋਜ਼ੇ ਹੈ ਪੁਰਾਤਨ ਹੁਣ ਅਲਗੋਜ਼ੇ ਘੱਟਦੇ ਜਾ ਰਹੇ ਹੁਣ ਤਾਂ ਬੜੇ ਇਲੈਕਟ੍ਰੋਨਿਕ ਸਾ ਹੀ ਨਹੀਂ ਰਹੇ ਜੀ ਉਹ ਅਲਗੋਜ਼ੇ ਅਲਗੋਜ਼ਿਆਂ ਨਾਲ ਰਲਾਉਣ ਵਾਲੇ ਹਾਂ ਘੜੀਆਂ ਦੇਖ ਰਹੇ ਹੋ ਘੜੀਆਂ ਸਾਰੀਆਂ ਬਿਲਕੁਲ ਬਿਲਕੁਲ ਘੜੀਆਂ ਬਿਲਕੁਲ ਅਲਾਰਮ ਵਾਲੀਆਂ ਘੜੀਆਂ ਪੁਰਾਣੇ ਮੂਰਤੀਆਂ ਮੇਰੀ ਕੁਲੈਕਸ਼ਨ ਹੈ ਮੇਰੇ ਆਪਦੇ ਹੱਥ ਦੀਆਂ ਘੜੀਆਂ ਕੁਛ ਮੂਰਤੀਆਂ ਇੱਥੇ ਤਾਂ ਇਸ ਤਰ੍ਹਾਂ ਦਾ ਤੁਹਾਨੂੰ ਜਿਵੇਂ ਪੁਰਾਣੇ ਸ਼ਸਤਰ ਹੈ ਉੱਪਰ ਇਹ ਦੇਖ ਰਹੇ ਹੋ ਜੰਗਲੀ ਸ਼ਸਤਰ ਹੈ ਸਿੱਖ ਸ਼ਸਤਰ ਹੈ ਹੋਰ ਸਾਡੇ ਇੰਡੀਅਨ ਸ਼ਸਤਰ ਹੈ ਰਾਜਪੂਤ ਸ਼ਸਤਰ ਤੁਸੀਂ ਦੇਖ ਕੇ ਆਏ ਪਿੱਛੇ ਆ ਜਾਓ ਇੱਧਰਲੇ ਪਾਸੇ ਦੇਖੀਏ ਕਿਉਂਕਿ ਹਜੇ ਮਿਊਜ਼ੀਅਮ ਦੇ ਤੁਹਾਨੂੰ ਅੱਧੇ ਕੁ ਪਾਰਟ 'ਚ ਹੀ ਲੈ ਗਏ ਹਾਂ ਅਤੇ ਅੱਧਾ ਕੁ ਪਾਰਟ ਹਜੇ ਰਹਿੰਦਾ ਤਾਂ ਇਹ ਉਹ ਜਿਹੜੇ ਸਾਡੇ ਪੁਰਾਣੇ ਭਲਵਾਨ ਸੀ ਕਹਿੰਦੇ ਉਹ ਘੁਮਾਉਂਦੇ ਹੁੰਦੇ ਸੀ ਇਹਨੂੰ ਨਾ ਇਹ ਭਲਵਾਨ ਨਹੀਂ ਘਰਾਂ ਦੇ ਵਿੱਚ ਆਮ ਮੁੰਗਲੀਆਂ ਹੁੰਦੀਆਂ ਸੀ ਆਮ ਸਾਡੇ ਸਧਾਰਨ ਨੌਜਵਾਨ ਜਿਵੇਂ ਹੁਣ ਜਿੰਮ ਜਾਂਦੇ ਆ ਜੀ ਜੀ ਮੁੰਗਲੀਆਂ ਫੇਰਨੀਆਂ ਮਗਦਰ ਚੁੱਕਣਾ ਸਾਡੇ ਨੌਜਵਾਨਾਂ ਦਾ ਇਹ ਖੇਡ ਹੁੰਦੀ ਸੀ ਦੇਸੀ ਜਿੰਮ ਕਹਿ ਦਈਏ ਜੀ ਦੇਸੀ ਜਿੰਮ ਹੁੰਦਾ ਸੀ ਅੱਗੇ ਸੱਥ ਦੇ ਵਿੱਚ ਜਾਂ ਵਿਚਾਲੇ ਜਿਹੜਾ ਹੁੰਦਾ ਸੀ ਚੌਂਕ ਹੁੰਦਾ ਸੀ ਉੱਥੇ ਚੀਜ਼ਾਂ ਪਈਆਂ ਹੁੰਦੀਆਂ ਸੀ ਸ਼ਾਮ ਨੂੰ ਮੁੰਡਿਆਂ ਨੇ ਇਹ ਚੀਜ਼ਾਂ ਫੇਰਨੀਆਂ ਜਿਵੇਂ ਆਹ ਦੇਖੋ ਆਹ ਤਾੜਾ ਹੈ ਇਹਦੇ ਨਾਲ ਰੂਮ ਪਿੰਜਦੇ ਸੀ ਪਹਿਲਾਂ ਤਾੜੇ ਨਾਲ ਜਿਵੇਂ ਤੁਸੀਂ ਪੰਜਾਬੀ ਦੀ ਇੱਕ ਬੋਲੀ ਹੈ ਲਾਵੇ ਤੇਲੀ ਆ ਤਾੜਾ ਰੂ ਮੇਰੇ ਪੇਕਿਆਂ ਦੀ ਅੰਮ੍ਰਿਤਸਰ ਦਾ ਤਾੜਾ ਰੂ ਮੇਰੇ ਪੇਕਿਆਂ ਦੀ ਤਾਂ ਇਸ ਤਰ੍ਹਾਂ ਹੀ ਜਿਵੇਂ ਤੁਸੀਂ ਸਿੱਕੇ ਦੇਖ ਰਹੇ ਹੋ ਜੀ ਆਹ ਸਿੱਕੇ ਹੁਣ ਇੰਡੀਆ ਦੇ ਵਿੱਚ ਹਜੇ ਮੈਂ ਇੰਡੀਅਨ ਸਿੱਕੇ ਲਗਾਏ ਹੈ ਵਿਦੇਸ਼ੀ ਸਿੱਕੇ ਵੀ ਮੇਰੇ ਕੋਲ ਬਹੁਤ ਹੈ ਪਰ ਇੰਡੀਆ ਦੇ ਵਿੱਚ ਅੱਜ ਤੱਕ ਜਦੋਂ ਤੋਂ ਸਿੱਕਾ ਬਣਨ ਲੱਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਸਿੱਕਾ ਬਣਿਆ ਕਿਸੇ ਰਾਜੇ ਮਹਾਰਾਜੇ ਨੇ ਬਣਾਇਆ ਮੈਂ ਨਾ ਥੋੜ੍ਹਾ ਰਸੂਲ ਸਾਹਿਬ ਇੱਕ ਮਿੰਟ ਰੋਕਣਾ ਹੈਗਾ ਇੱਧਰ ਆ ਜਾਓ ਕਿਉਂਕਿ ਇਹ ਪੁਰਾਣੇ ਸਮੇਂ ਦੀ ਇੱਕ ਆਹ ਚੀਜ਼ ਦਿਖਾਉਣ ਵਾਲੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਆਹ ਹੈ ਇਹ ਮੋਬਾਈਲ ਤੋਂ ਪਹਿਲਾਂ ਦਾ ਇਹ ਉਹ STD ਹੈ ਸ਼ਾਇਦ ਮੇਰੇ ਖਿਆਲ ਨਾਲ ਬਹੁਤ ਸਾਰੇ ਵੀਰਾਂ ਨੂੰ ਨਾ ਪਤਾ ਹੋਵੇ ਤਾਂ ਸੋਹਲ ਸਾਹਿਬ ਨਾਲ ਆਪਾਂ ਗੱਲਬਾਤ ਪੂਰੀ ਕਰਾਂਗੇ ਸੋਹਲ ਸਾਹਿਬ ਉਹੀ ਜਿਹੜੀ ਚੀਜ਼ 1 ਰੁਪਿਆ ਪਾ ਕੇ ਕੌਲ ਲੱਗਦੀ ਸੀ ਇਹਦੇ ਵਿੱਚ ਇੱਥੇ 1 ਰੁਪਿਆ ਪਾ ਦਿੰਦੇ ਸੀਗੇ ਹਾਂਜੀ ਇੱਥੋਂ ਜੇ ਨਹੀਂ ਲੱਗਦਾ ਤਾਂ ਇੱਥੋਂ ਰੁਪਈਆ ਵਾਪਸ ਆ ਜਾਂਦਾ ਸੀਗਾ ਅੱਛਾ ਜੀ ਤਾਂ ਇੱਥੋਂ ਕਾਲ ਮਲਾਈ ਜਾਂਦੀ ਸੀ ਇਹ STDਾਂ ਦੇ ਵਿੱਚ PCO ਤੋਂ ਪਹਿਲਾਂ STDO PCO ਤਾਂ ਹੁਣ ਦੀ ਗੱਲ ਹੈ ਉਸ ਤੋਂ ਪਹਿਲਾਂ ਜਦੋਂ ਕਾਮਨ ਫੋਨ ਹੁੰਦੇ ਸੀ ਚੁਰਾਹਿਆਂ 'ਚ ਲੱਗੇ ਹੁੰਦੇ ਸੀ ਹੁਣ ਤਾਂ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ 1 ਰੁਪਈਆ ਪਾ ਕੇ ਵੀ ਫੋਨ ਲੱਗਦਾ ਹਾਂਜੀ ਬਿਲਕੁਲ ਕਹਿੰਦੇ ਜਦੋਂ 1 ਰੁਪਈਏ ਦਾ ਸਮਾਂ ਮੁੱਕ ਜਾਣਾ ਤਾਂ ਇਹਨੇ ਆਟੋਮੈਟਿਕ ਕੱਟਿਆ ਜਾਣਾ ਅੱਜ ਹੁਣ ਆਪਾਂ ਇਧਰਲੇ ਪਾਸੇ ਫਿਰ ਸ਼ੁਰੂਆਤ ਦੇ ਪਾਸੇ ਚੱਲੀਏ ਜੀ ਉਹ ਸਿੱਕਿਆਂ ਦੀ ਗੱਲ ਮੈਂ ਕਰ ਰਿਹਾ ਸੀ ਤਾਂ ਸਿੱਕਾ ਜਿਹੜਾ ਵੀ ਅੱਜ ਤੱਕ ਇੰਡੀਆ ਦੇ ਵਿੱਚ ਛਪਿਆ ਚਾਹੇ ਉਹ ਚਾਂਦੀ ਦਾ ਹੈ ਚਾਹੇ ਉਹ ਪਿੱਤਲ ਦਾ ਹੈ ਚਾਹੇ ਉਹ ਕਾਂਸੀ ਦਾ ਹੈ ਤਾਂ ਉਹ ਹਰ ਗਿਲਟ ਦੇ ਹੈ ਹਰ ਸਿੱਕਾ ਇੱਥੇ ਸਾਡੇ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਮਿਲਦਾ ਚਾਹੇ ਉਹ ਕਿਸੇ ਵੀ ਰਾਜੇ ਨੇ ਛਾਪਿਆ ਚਾਹੇ ਉਹ ਦੱਖਣੀ ਭਾਰਤ ਦਾ ਚਾਹੇ ਉੱਤਰੀ ਭਾਰਤ ਦਾ ਥੱਲੇ ਨਾਲ ਫਿਰ ਪ੍ਰੈਸਾਂ ਵੀ ਦੇਖ ਲਈਏ ਕਹਿੰਦੇ ਅੱਜ ਕੱਲ੍ਹ ਤਾਂ ਆਟੋਮੈਟਿਕ ਆ ਗਈਆਂ ਪਾਣੀ ਪੈਂਦਾ ਕਿਸੇ 'ਚ ਕੁਛ ਪੈਂਦਾ ਅਤੇ ਆਹ ਤਾਂ ਕੋਲੇ ਵਾਲੀਆਂ ਮੇਰੇ ਖਿਆਲ ਨਾਲ ਸਾਰੀਆਂ ਤਕਰੀਬਨ ਜੱਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀਆਂ ਅੱਜ ਦੀਆਂ ਚੀਜ਼ਾਂ ਹੈ ਇਹ ਸਾਡੇ ਵਿੱਚ 30-35 ਸਾਲਾਂ ਤੋਂ ਹੈ ਵੱਧ ਤੋਂ ਵੱਧ 50 ਸਾਲਾਂ ਤੋਂ ਹੋਣਗੀਆਂ ਪਰ ਜਿਹੜੀਆਂ ਇਹ ਚੀਜ਼ਾਂ ਹੈ ਇਹ ਵਸਤਾਂ ਹੈ ਇਹ ਰਾਜਿਆਂ ਮਹਾਰਾਜਿਆਂ ਦੇ ਪੁਰਾਣੀਆਂ ਰਿਆਸਤਾਂ ਵੇਲੇ ਦੀਆਂ ਪੁਰਾਣੇ ਹੋਰ ਵੀ ਉਸ ਤੋਂ ਪੁਰਾਤਨ ਕਾਲਾਂ ਚਲੇ ਜਾਈਏ ਆਪਾਂ ਅੰਗਰੇਜ਼ਾਂ ਵੇਲੇ ਦੀਆਂ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਅੰਗਰੇਜ਼ਾਂ ਦੇ ਬਰਤਨ ਹੈ ਕਿਸ ਤਰ੍ਹਾਂ ਉਹ ਚਾਹ ਅਲੱਗ
चीनी अलग दुध अलग रख के चाह बनाते कंडा जो सुनहर को भौतिक तुला अस किताबा च भी पढ़ते सी फिर सुनहर को पर हूँ यह बिलकुल खत्म हो चुके सुनहर दुकाना चो साडे साइंस रूम चो भी खत्म हो चुके है कैमरा भी पिया भी दिखा दी सब तो पुराना कैमरा कहते जो फोटो ये मेरे ख्याल उ जी मैं बहुत बार देखे भी सोशल मीडिया से भी जो फोटो नाल तैयार कर दिता सी वाला सी नहीं ये तैयार भी कर लेंगे ये कई बार जो प्रोफेसनल होंगे वे शहर यहाँ थावान पर बैठे होंगे जिथे लोगों को फोटो चाहिए होंगी सी तो ये वैसे तो यदि फोटो जी डार्क रूम च तैयार होंगी है पर उन्होंने ये ही थोड़ा जहा डिवेलपर रखा हों ये ही धो के नाल फोटो तैयार करके दे बिल्कुल बिल्कुल नैगेटिव भी फिर वाला पैंता नैगेटिव ये इस पैंता एडे साइज का जिडा मर्जी नैगेटिव पा लो अच्छा ये 10x8x10 का नैगेटिव जो छोटा जिन्ने मर्जी साइज है इस नैगेटिव लो जी कैमरे हुण डिजिटल आ गए आ कहिंदे जे नहीं फोटो पसंद तो भावें डिलीट कर लो पर वो काम नहीं हुंदा इहदे डिलीट लूट तो होनी नहीं सी आप इधरले पासे भी आ जाइए रबाब भी रखी आ तां नाल इह दूसरी चीज बैंजो ये बैंजो मेरे ख्याल हुण तो शायद मिलदा ही नहीं हुण तो क्योंकि दूसरे चल पे ने टैक्निक हाँ हुण सारे इलैक्ट्रॉनिक चल पे जी पर इह पुराने कुछ इंस्ट्रूमेंट मैं रखण दी कोशिश कीती है जी पुराने बर्तन है तुसीं देखो ये किवें बेलूए है कद्दूकस है डोरे पले साडे घरां दे विच लो जी कद्दूकस देख लो कहिंदे पित्तल दा कद्दूकस है ते उहदे नाल दात है दात तां वेख मैं कहिंदा वी वैसे ही देख के रूह जी खुश हो जांदी है साग दा चीर नाल अड गल है इस तरह ये बहुत सारे पित्तल दी है तकरीबन ज्यादा समान मेरे को पित्तल का रखने की कोशिश की क्योंकि पित्तल खराब नहीं होंगे बिल्कुल बिल्कुल आज अगे आज तो आज जी हम आप वट्सएप दिखा दिए कहें ये जी वट्सएप जिहड़ा पहला मैसेज कर दे तो फिर वो कई दिन बाद अगले को पहुँचता तो कई बार बरंग चिट्ठी होंगी तो अगले तो रुपये भी वट्सएप के कहते नहीं हूँ तो वट्सएप गया तो नहीं रिसीव होया नीलियां जलियां हो जाएंगे तो नहीं तो फिर बरंग चिट्ठी वाले अगले तो रुपये भी लेने पैंदे सी उही है ना जी ये डाक विभाग पिछले जदों तो अंग्रेज इंडिया में आए तो उदों तो यह डाक शुरू ही पहला डाक चिट्ठी पत्री घोड़ियां ते जां उन्हां दे विच जांदी सी फिर यह डाक राही गड्डियां राही ट्रेनां राही जां बसां राही आउण लग गई तो वह डाक है पहला इहदे विच पा के आउंदे सी फिर डाक घर चों अगे जांदियां सी बिल्कुल यह आ गई टाइप मशीनां यह पुरातन समय के लैपटॉप समझ लो जी जी यह अफसरां दे जां बहुत ਲੋਕਾਂ ਦੇ ਕੋਲੇ ਵੀ ਹੁੰਦੇ ਸੀ ਤਾਂ ਕਾਮਨ ਵੀ ਹੁੰਦੇ ਸੀ ਦਫ਼ਤਰਾਂ ਵਿੱਚ ਵੀ ਹੁੰਦੇ ਸੀ ਤਾਂ ਇਹਨਾਂ ਨਾਲ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਇਹਨਾਂ ਨਾਲ ਸੈਂਕੜੇ ਸਾਲ ਅਸੀਂ ਕੰਮ ਕੀਤਾ ਸਾਡੇ ਸਟੈਨੋਗ੍ਰਾਫਰਾਂ ਨੇ ਸਾਡੇ ਕਲਰੀਕਲ ਸਟਾਫ ਨੇ ਇਹਨਾਂ 'ਤੇ ਬਹੁਤ ਸਾਰਾ ਕੰਮ ਕੀਤਾ ਬਿਲਕੁਲ ਆ ਜਾਓ ਅੱਗੇ ਆਪਾਂ ਇੱਧਰ ਜਿਹਨੂੰ ਕਹਿੰਦੇ ਸੀ ਤਵਿਆਂ ਵਾਲੀਆਂ ਮਸ਼ੀਨਾਂ ਉਹੀ ਹੈ ਨਾ ਜੀ ਇਹ ਤਵਿਆਂ ਵਾਲੀਆਂ ਮਸ਼ੀਨਾਂ ਨਾਲ ਵੀ ਸੀ ਆਰ ਹੈ ਤਾਂ ਵੀ ਸੀ ਆਰ ਦੀ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਵੀ ਸੀ ਆਰ ਹੁਣ ਤਾਂ ਭੁੱਲ ਗਏ ਹੋਣੇ ਆ ਮੇਰੇ ਵੀਰ ਕਿਉਂਕਿ ਉਹ ਕੋਈ ਸਮਾਂ ਸੀ ਕਹਿੰਦੇ ਕਈ ਵਾਰੀ ਤਾਂ ਪਰਿਵਾਰ ਨੇ ਲਿਆਉਣਾ ਅਤੇ ਕਈ ਵਾਰੀ ਕਈ ਦੋਸਤਾਂ ਨੇ 10-10-20 ਪਾ ਕੇ ਇਕੱਠੇ ਲਿਆਉਣਾ ਇਹ ਉਹੀ ਵੀ ਸੀ ਆਰ ਜਦੋਂ ਕੋਈ ਰਿਸ਼ਤੇਦਾਰ ਆ ਜਾਂਦੇ ਤਾਂ ਆਪਾਂ ਕਹਿੰਦੇ ਸੀ ਅੱਜ ਨਾ ਜਾਈਏ ਜੇ ਵੀ ਸੀ ਆਰ ਲਿਆਵਾਂਗੇ ਰਹੋ ਅੱਜ ਸ਼ਾਮ ਨੂੰ ਵੀ ਸੀ ਆਰ ਲੈ ਕੇ ਆਵਾਂਗੇ ਰਾਣੋ ਫਿਲਮ ਦੇਖਾਂਗੇ ਬਿਲਕੁਲ ਨੰਬਰਦਾਰ ਨਹੀਂ ਦੇਖਾਂਗੇ ਤਾਂ ਇਸ ਤਰ੍ਹਾਂ ਦੇ ਵੀ ਸੀ ਆਰ ਇਹ ਕਲਚਰ ਦੇਖੋ ਜਿਵੇਂ ਤੁਸੀਂ ਯਾਦ ਕੀਤਾ ਉਹਨਾਂ ਗੱਲਾਂ ਬਿਲਕੁਲ ਤਾਂ ਇਹ ਚੀਜ਼ਾਂ ਇਹਨਾਂ ਨਾਲ ਯਾਦ ਆ ਜਾਂਦੀਆਂ ਤਵੇਂ ਵਾਲੀਆਂ ਮਸ਼ੀਨਾਂ ਤੁਸੀਂ ਵੀ ਲਿਆਉਂਦਾ ਸੀ ਕਦੇ ਵੀ ਸੀ ਆਰ ਰਿਸ਼ਤੇਦਾਰ ਆਇਆ ਤੋਂ ਜੀ ਹਾਂ ਅਸੀਂ ਜਦੋਂ ਛੋਟੇ ਸੀ ਅਸੀਂ ਵੀ ਲਿਆਉਂਦੇ ਸੀਗੇ ਵੀ ਸੀ ਆਰ ਲੈ ਕੇ ਸਾਰੀ ਸਾਰੀ ਰਾਤ ਫਿਲਮਾਂ ਦੇਖਦੇ ਬਿਲਕੁਲ 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 ਤੇ ਆਂਢੀ ਗੁਆਂਢੀ ਪੜੋਸੀ ਵੀ ਆਏ ਜੇ ਸਾਡੇ ਆਉਂਦਾ ਤਾਂ ਸਾਡੇ ਦੇਖਣ ਆਉਂਦੇ ਪਹਿਲਾਂ ਵਿਆਹ ਵਾਲੀ ਮੂਵੀ ਲਾ ਲੈਣੀ ਤੇ ਫਿਰ ਕਹਿੰਦੇ ਵੀ ਭਾਈ ਤੁਸੀਂ ਆ ਫਿਲਮ ਬਾਅਦ 'ਚ ਵੇਖਾਂਗੇ ਪਹਿਲਾਂ ਵਿਆਹ ਵਾਲੀ ਮੂਵੀ ਵੇਖ ਪਹਿਲਾਂ ਵਿਆਹ ਵਾਲੀ ਮੂਵੀ ਦੇਖਦੇ ਬਿਲਕੁਲ ਜੀ ਇਹ ਸਮੇਂ ਦੀ ਸਾਂਝ ਸੀਗੀ ਕਿਉਂਕਿ ਕਈ ਲੋਕ ਜਿਹੜੇ ਇਕੱਠੇ ਹੋ ਕੇ ਕੰਮ ਨੂੰ ਚੱਲਦੇ ਤਾਂ ਇੱਧਰ ਕੈਮਰੇ ਨੇ ਤਾਂ ਕੈਮਰਿਆਂ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਕਹਿੰਦੇ ਸਮੇਂ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੋਪ ਹੋ ਗਈਆਂ ਤਾਂ ਇੱਧਰਲੇ ਪਾਸੇ ਵੀ ਆ ਜਾਈਏ ਤਾਂ ਇਸ ਚੀਜ਼ ਬਾਰੇ ਦੱਸੋ ਜੀ ਮੈਨੂੰ ਤਾਂ ਇਹ ਬਹੁਤ ਪੁਰਾਣੀ ਲੱਗਦੀ ਆ ਸਿਤਾਰ ਹੈ ਪੁਰਾਣੀ ਜੀ ਪਰ ਆਹ ਰੇਡੀਓ ਹੈ ਆਹ ਰੇਡੀਓ ਹੈ ਰੇਨੂ ਰੇਡੀਓ ਗ੍ਰਾਮ ਕਹਿੰਦੇ ਆ ਰੇਡੀਓ ਗ੍ਰਾਮ ਤਾਂ ਕਹਿੰਦੇ ਇੱਧਰ ਰੇਡੀਓ ਹੈ ਇੱਧਰ ਇਹਦੇ ਵਿੱਚ ਗ੍ਰਾਮੋਫੋਨ ਹੈ ਓਕੇ ਇਹ ਅੱਛਾ 2-in-1 ਹੋ ਗਿਆ ਇਹ 2-in-1 ਹੈ ਪੁਰਾਣੇ ਸਮੇਂ ਦਾ ਜੀ ਤਾਂ ਇਹ ਇਸ ਤਰ੍ਹਾਂ ਦੀ ਇੱਕ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਇਹਨਾਂ ਦਾ ਲਾਇਸੈਂਸ ਵਗੈਰਾ ਵੀ ਬਣਦਾ ਸੀ ਰੇਡੀਓ ਦਾ ਰੇਡੀਓ ਦਾ ਲਾਇਸੈਂਸ ਵੀ ਹੁੰਦਾ ਸੀ ਸਾਈਕਲ ਦਾ ਵੀ ਲਾਇਸੈਂਸ ਹੁੰਦਾ ਸੀ ਜੀ ਤਾਂ ਇਹ ਚੀਜ਼ਾਂ ਹਰ ਸਾਲ ਲਾਇਸੈਂਸ ਦੀ ਫੀਸ ਭਰਨੀ ਪੈਂਦੀ ਇਹਨੂੰ ਰੀਨਿਊ ਕਰਾਉਣਾ ਪੈਂਦਾ ਲਓ ਜੀ ਆ ਜਾਓ ਸ਼ਟਰ ਵਾਲਾ ਟੀਵੀ ਦਿਖਾ ਦਈਏ ਤੁਹਾਨੂੰ ਸਭ ਤੋਂ ਪਹਿਲਾਂ ਟੀਵੀ ਆਏ ਤਾਂ ਇਹ ਸ਼ਟਰ ਨਾਲ ਇਹ ਬਲੈਕ ਐਂਡ ਵਾਈਟ ਚੱਲਦੇ ਸੀ ਜੀ ਬੜੇ ਸ਼ੌਂਕ ਨਾਲ ਫਿਰ ਘਰੇ ਰੱਖਦੇ ਹੁੰਦੇ ਵੀ ਸ਼ਟਰ ਬੰਦ ਕਰਕੇ ਰੱਖੋ ਖਰਾਬ ਨਾ ਹੋ ਜੇ ਕਿਸੇ ਕਿਸੇ ਦੇ ਘਰੇ ਹੁੰਦਾ ਸੀ ਇਹ ਤੇ ਜਿਹਦੇ ਘਰੇ ਇਹ ਟੀਵੀ ਹੁੰਦਾ ਸੀ ਉਹਦੀ ਬੜੀ ਟੌਰ ਹੁੰਦੀ ਸੀ ਆ ਇਲਾਕੇ 'ਚ ਬਿਲਕੁਲ ਤਾਂ ਇਹ ਬਲੈਕ ਐਂਡ ਵਾਈਟ ਚੱਲਦਾ ਸੀ ਬਿਲਕੁਲ ਤੇ ਨਾਲੋ ਨਾਲ ਸੋਹ ਸਾਹਿਬ ਦੀਆਂ ਤਸਵੀਰਾਂ ਦੀ ਮੈਂ ਹੁਣ ਗੱਲ ਕਰ ਲਾਂ ਨਾਲ ਕਹਿੰਦੇ ਮੈਂ ਕਿਹਾ ਸੋਹ ਸਾਹਿਬ ਜਿਵੇਂ ਤੁਹਾਨੂੰ ਮੈਂ ਛੱਪੜ ਵਾਲੀ ਗੱਲ ਕੀਤੀ ਸੀ ਤਾਂ ਇੱਥੇ ਫਿਰ ਤੁਸੀਂ ਪੰਜਾਬ ਦਾ ਉਹ ਵਿਰਸਾ ਸਜਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇੱਕ ਇਹਨੂੰ ਆਪਾਂ ਉਹ ਵੀ ਕਹਿੰਦੇ ਸੀਗੇ ਚੌਂਕਾ ਵੀ ਚੌਂਕੇ 'ਤੇ ਬੈਠ ਕੇ ਉਹ ਸਾਰਾ ਸਿਸਟਮ ਦਿਖਾਇਆ ਗਿਆ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਸਾਡਾ ਜਿਹੜਾ ਅੱਜ ਤੋਂ
35 40 साल पहला पंजाब 80% कच्चे घर होंदे सी, शहरां दे विच पक्के जरूर होंदे सी। तां पुराने पिंडां दे विच चौंका चुल्हा गैस नहीं हुंदा सी, चुल्हां ते रोटी पकाउणी, हारां च साग धरना, मूड़े ते बैठना, पानी घड़ियां च पानी ढोना। तां ओह जिवें इक पुराना गीत है, पानी दे घड़िया नूं कौन ढोऊगा, भाभी साग नूं ना जाई, साग नूं ना जाई तेरा मुंडा रहूगा। तां पानी दे घड़े साडियां औरतां भी घड़े ढोंदियां, घरां दे विच हर तरह का पशु हुंदा, बकरियां भी हुंदियां, मझां गावां भी हुंदियां। तां पुराने ब्याहां दे विच जिवें अगे कहिंदे आपां कि कई कई दिन ब्याह, हुण तां पैलेस दे विच ब्याह हुंदे, शाम नूं खत्म हो जांदे आ। अगे ब्याहां दे विच मेल आउंदा कई कई दिन, घरे कड़ाही चढ़दी, तां आपदी इहदे विच जां बनजारे आउंदे साडे घरां दे विच, तां बनजारे नूं गांह तक वी आउण च कोई मनाही नहीं हुंदी सी, ओह अगे चौंके च ही आ के चूड़ियां चढ़ा जांदा सी। तां जिवें हट्टी भट्ठी दीआं गल्लां करदे आं आपां, लस्सी दीआं रिड़कणे दीआं गल्लां करदे आं। हुण आपां इह पुराणा जदों तुसीं इह देखोगे तां कुझ मेरे देखण वाले वीरां ने तां इह चीज़ बारे पता होऊ, ते कुझ कहणगे वी इह मिट्टी दीआं चीज़ां है की ने। पर थोड़ा जिहा चानना पहला मैं सोल साहब नाल गल करन तों पहला दे देवां, इह उह चीज़ां ने कहिंदे जदों छोटे बच्चे घरे जिद करदे तां कहिंदे कणक दा डोंगा भर लिओ जां आटे दा डोंगा भर लिओ तां दिओ ते खिडौने उहनां नूं उसदे बट्टे मिल जांदे। पर हुण तां इलैक्ट्रॉनिक युग आ गया तां उदों जिहड़े हुण इह खिडौणिआं दी कदर नहीं रही, पर इह बच्चे जदों खेडदे सी तां इह खिडौने आ जिहड़े किते ना किते उहनां वास्ते बहुत वधिया हुंदे सी, क्योंकि मिट्टी दे सी, बच्चा मूँह च वी पा लैंदा उह तां वी उहनूं रिएक्शन नहीं करना जां कोई माड़ा नहीं करना। बिल्कुल सोल साहब इस तरह ही सी जी, बिल्कुल ਬਿਲਕੁਲ ਆਈ ਸੀ। ਅੱਗੇ ਇਹਨਾਂ ਨੂੰ ਗੱਡੀ ਘੋੜੇ ਕਹਿੰਦੇ, ਅਤੇ ਜਦੋਂ ਵੀ ਮੋੜ 'ਤੇ ਆ ਕੇ ਆਵਾਜ਼ ਦਿੰਦੀ ਲੈ ਲਓ ਨਹੀਂ ਕੋਈ ਗੱਡੀ ਘੋੜੇ, ਤਾਂ ਅਸੀਂ ਸਾਰੇ ਆਪਦੇ ਘਰਾਂ ਦੇ ਵਿੱਚੋਂ ਬਾਹਰ ਗਲੀਆਂ ਦੇ ਵਿੱਚ ਆ ਜਾਂਦੇ ਅਤੇ ਮਾਂ ਨੂੰ ਕਹਿੰਦੇ ਕਿ ਮੈਂ ਇਹ ਖੇਡਾਂ ਲੈਣੀਆਂ, ਅਤੇ ਮਾਂ ਸਾਨੂੰ ਲੈ ਕੇ ਦਿੰਦੀ, ਤਾਂ ਬੜਾ ਮਜ਼ਾ ਆਉਂਦਾ। ਫਿਰ ਤੁਸੀਂ ਵੀ ਖੇਡਾਂ ਕਦੇ? ਬਿਲਕੁਲ ਬਿਲਕੁਲ, ਇਹਨਾਂ ਬਚਪਨ ਦੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਇਹਨਾਂ ਨਾਲ, ਅਤੇ ਇਹਨਾਂ ਨਾਲ ਚੇਤੇ ਤਾਂ ਆਉਂਦਾ ਹੋਊ ਬਚਪਨ, ਜਦੋਂ ਕਈ ਚੀਜ਼ਾਂ ਇੱਥੇ ਦੇਖਦੇ ਹੋ ਕਦੇ ਨਾ ਕਦੇ ਉਹ ਸਮਾਂ ਚੇਤੇ ਆ ਜਾਂਦਾ ਹੋਊਗਾ ਵੀ ਜਦੋਂ ਕਹਿੰਦੇ ਸੀ ਵੀ ਨਹੀਂ ਲੈਣਾ ਤਾਂ ਅਸੀਂ ਕਹਿੰਦੇ ਲੈਣਾ ਹੀ ਲੈਣੀ ਹੈ। ਅਸੀਂ ਉਹ ਥੱਲੇ ਲਿਟ ਜਾਂਦੇ ਫਿਰ ਕਿ ਜ਼ਰੂਰ ਲੈਣਾ, ਅਸੀਂ ਤਾਂ ਲੈ ਕੇ ਦਿਓ, ਫਿਰ ਕੁੱਟ ਵੀ ਪੈ ਜਾਂਦੀ ਸੀ, ਕਈ ਵਾਰੀ ਮਿਲ ਵੀ ਜਾਂਦੇ ਸੀ। ਸੋ ਸਾਹਿਬ ਹੁਣ ਜਾਂਦੇ ਜਾਂਦੇ ਆਪਾਂ ਕੁਝ ਗੱਲਾਂ, ਕਿਉਂਕਿ ਇਹ ਜਦੋਂ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਹੁੰਦੀਆਂ ਨਾ ਤਾਂ ਉਹ ਉਹ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ, ਤਾਂ ਬੱਚੇ ਵੀ ਤੁਹਾਡੇ ਨਾਲ, ਇਹ ਬੱਚੀ ਕੌਣ ਹੈ, ਬੱਚੀ ਬਾਰੇ ਥੋੜ੍ਹੀ ਜੀ ਤੁਸੀਂ ਦੱਸੋ। ਇਹ ਲਾਹੀ ਜੋਤ ਹੈ, ਮੇਰੀ ਪੋਤੀ ਹੈ ਜੀ। ਜੀ, ਤਾਂ ਇਹ ਜਿਹੜਾ ਮੈਂ ਇਹ ਕੁਛ ਕੀਤਾ ਹੈ, ਸਾਰਾ ਹੈਰੀਟੇਜ ਇਕੱਠਾ ਕੀਤਾ ਹੈ, ਆਉਣ ਵਾਲੇ ਸਮੇਂ ਦੇ ਵਾਰਸ ਹੈ ਇਹ ਬੱਚੇ, ਇਹਨਾਂ ਨੂੰ ਇੱਕ ਮੇਰੇ ਵੱਲੋਂ ਸੁਗਾਤ ਹੈ, ਔਰ ਇਹਨਾਂ ਦਾ ਬੱਚਿਆਂ ਦਾ ਇਲਾਹੀ ਜੋਤ ਹੈ, ਇਹਦਾ ਬੜਾ ਇੰਟਰਸਟ ਹੈ, ਇਹ ਬੜੇ ਸ਼ੌਂਕ ਨਾਲ ਮੇਰੇ ਨਾਲ ਕੰਮ ਕਰਾਉਂਦੀ ਹੈ। ਕਹਿੰਦੀ ਵੀ ਹੁਣ ਦਾਦੂ ਇਹ ਕੀ ਆ, ਇਹ ਤੋਂ ਕੀ ਕਰਾਉਣਾ, ਸਾਰਾ ਕੁਛ ਪਤਾ ਹੈ ਹੁਣ। ਵਾਹ, ਇਹਨੇ ਮੈਂ ਤਾਂ ਸਾਰੀਆਂ ਗੱਲਾਂ ਸੁਣ ਸੁਣ ਕੇ ਇਹਨੇ ਰੱਟੇ ਲਗਾਏ ਹੋਏ ਨੇ, ਯਾਦ ਕੀਤੀਆਂ ਹੋਈਆਂ। ਅਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮਿਊਜ਼ੀਅਮ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਿਊਜ਼ੀਅਮ ਦੀ ਸ਼ੁਰੂਆਤ ਹੋਣੀ ਹੈ, ਤਾਂ ਸ਼ੁਰੂਆਤ ਦੇ ਟਾਈਮ ਮੈਨੂੰ ਲੱਗਦਾ ਫਿਰ ਇਲਾਹੀ ਨੇ ਇਹਦਾ ਸਾਰਾ ਕੁਛ ਦੇਖ ਰੇਖ ਕਰਨੀ। ਬਿਲਕੁਲ, ਇਹਨੇ ਅਸਲ ਦੇ ਵਿੱਚ ਇਹਨੇ ਇਹਦੇ ਵਾਸਤੇ ਹੀ ਹੈ, ਇਹਦੀ ਬੜੀ ਇੱਛਾ ਸੀ ਕਿ ਇਹ ਛੋਟੀ ਹੁੰਦੀ ਕਹਿੰਦੇ ਹੁੰਦੇ ਸੀ ਬਾਪੂ ਜੀ ਆਪਾਂ ਮੌਲ ਬਣਾਈਏ, ਤਾਂ ਮੈਂ ਉਹ ਮੌਲ ਤਾਂ ਨਹੀਂ ਬਣਾ ਸਕਿਆ, ਪਰ ਇੱਕ ਵਿਰਾਸਤੀ ਮੌਲ ਇਹਨੂੰ ਮੈਂ ਜ਼ਰੂਰ ਦੇ ਕੇ ਜਾਊਂਗਾ। ਵਾਹ, ਕੀ ਬਾਤ ਹੈ, ਇਹ ਵਿਰਾਸਤੀ ਮੌਲ, ਕਹਿੰਦੇ ਦਾਦੇ ਅਤੇ ਪੋਤੀ ਦਾ ਪਿਆਰ ਹੈ, ਅਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਹਨ, ਉਹਨਾਂ ਨਾਲ ਗੱਲਬਾਤ ਕਰਦੇ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜੀ ਜਦੋਂ ਇਸ ਜਗ੍ਹਾ 'ਤੇ ਆਉਂਦੇ ਹੋ, ਤਾਂ ਇਸ ਜਗ੍ਹਾ 'ਤੇ ਇੱਕ ਸਕੂਨ ਜਿਹਾ ਮਿਲਦਾ ਇਹ ਚੀਜ਼ਾਂ ਵੇਖ ਕੇ? ਤਾਂ ਬਹੁਤ ਸੋਹਣਾ ਲੱਗਦਾ ਜੀ ਸਾਨੂੰ, ਬਹੁਤ ਹੀ ਵਧੀਆ ਲੱਗਦਾ। ਬਿਲਕੁਲ ਬਿਲਕੁਲ, ਕਿ ਸਰਦਾਰ ਖਿੱਲੂ ਸਿੰਘ ਹੈ ਜੀ, ਮੈਂ ਵੈਸੇ ਬਠਿੰਡੇ ਹੀ ਰਹਿੰਦਾ ਸੀ, ਅਤੇ ਇਸ ਪਿੰਡ ਨਾਲ, ਪਿੰਡ ਜੈ ਸਿੰਘ ਵਾਲਾ ਨਾਲ ਮੇਰਾ ਮੈਂ ਜਾਣਦਾ ਵੀ ਨਹੀਂ ਸੀਗਾ, ਪਰ ਸਬੱਬ ਬਣਿਆ, ਮੈਂ ਇੱਥੇ ਥੋੜ੍ਹਾ ਜਿਹਾ ਜਗ੍ਹਾ ਲਈ, ਅਤੇ ਮੈਂ ਇਹ ਜਿਹੜਾ ਮਿਊਜ਼ੀਅਮ ਬਣਾਉਣ ਦਾ ਸੋਚਿਆ, ਅਤੇ ਇਹਨਾਂ ਕੋਲੋਂ ਹੀ ਮੈਂ ਇਹ ਹਾਫ ਏਕੜ ਜਗ੍ਹਾ ਲਈ, ਤਾਂ ਇਹਨਾਂ ਨੇ ਮੇਰੀ ਇਸ ਮਿਊਜ਼ੀਅਮ ਬਣਾਉਣ ਦੇ ਵਿੱਚ ਬਹੁਤ ਸਾਰੀ ਮਦਦ ਕੀਤੀ ਹੈ, ਬਹੁਤ ਸਾਰਾ ਇਹਦੀ ਸੈਟਿੰਗ ਦੇ ਵਿੱਚ, ਇਹਦੇ ਰੱਖ ਰਖਾਵ ਦੇ ਵਿੱਚ। ਹੁਣ ਵੀ ਜਦੋਂ ਮੈਂ ਡਿਊਟੀ ਚਲਾ ਜਾਂਦਾ ਤਾਂ ਮੇਰੇ ਪਿੱਛੋਂ ਇਹ ਬਹੁਤ ਡਿਊਟੀ ਦਿੰਦੇ ਆ। ਫਿਰ ਮੈਂ ਤੁਹਾਨੂੰ ਸਵਾਲ ਉਹ ਕੀਤਾ ਸੀ ਵੀ ਇੱਥੇ ਆ ਕੇ ਜੀ ਲੱਗਦਾ, ਕਿਉਂਕਿ ਪੁਰਾਣਾ ਸਮਾਂ ਚੇਤੇ ਆਉਂਦਾ ਫਿਰ ਜਦੋਂ ਅੰਦਰ ਆਉਂਦੇ ਪਏ। ਮੈਂ ਤੁਹਾਨੂੰ ਦੱਸ ਦਿੰਦਾ ਗੱਲ ਵੀ ਜਿਹੜੀਆਂ ਚੀਜ਼ਾਂ ਆਹ ਲਿਆਉਂਦੀਆਂ, ਮੈਂ ਆਪਦੇ ਹੱਥੀ ਸਾਰਾ ਕੁਛ ਵੇਖ ਕੇ ਬਾਈ ਨੂੰ ਦੱਸ ਦੱਸ ਕੇ ਸਭ ਕੁਛ ਲੈ ਕੇ ਆਉਂਦਾ, ਅਤੇ ਕਦੇ ਕਦੇ ਚੇਤੇ ਆਉਂਦਾ ਵੀ ਯਾਰ ਆ ਤਾਂ ਮੈਂ ਵਰਤੀਆਂ ਵੀ ਸੀਗੀਆਂ, ਸਾਡੇ ਬਜ਼ੁਰਗਾਂ ਨੇ ਵਰਤੀਆਂ ਬਹੁਤ। ਔਰ ਤਾਂ ਜੇ ਤੁਸੀਂ ਦੁਬਾਰੇ ਆਏ ਨਾ ਤੁਹਾਨੂੰ ਹੋਰ ਵੀ ਚੀਜ਼ਾਂ ਵਿਖਾਊਂਗਾ ਮੈਂ ਬਣਾ ਕੇ ਆਪਦੇ ਹੱਥੀਂ। ਅੱਛਾ ਜੀ, ਸਾਰੀਆਂ ਪੁਰਾਣੀਆਂ, ਕੀ ਬਾਤ ਹੈ। ਤਾਂ ਇਹ ਕਹਿ ਸਕਦੇ ਹਾਂ ਇੱਕ ਪ੍ਰੋਫੈਸਰ ਸਾਹਿਬ ਦੀ ਸਭ ਤੋਂ ਵੱਡੀ ਮੈਨੂੰ ਇਹ ਗੱਲ ਲੱਗੀ ਇੱਥੇ, ਕਹਿੰਦੇ ਵੀ
परिवार नूं विरासत दे विच कहिंदे की दे के जाएगा, कोई कहिंदा मैं जमीन जायदाद दे के जाऊँगा, कोई कहिंदा मैं होर कोई समा पैसे टके दे के जाऊँगा, पर यह विरासत कोई कोई दिंदा। तो विरासत देने वास्ते सरदार कह सकते हैं सोह साहब की मैं गल करा तो इन्होंने एक वक्री पहलकदमी की है। ये पहलकदमी उन्होंने ता है क्योंकि अपने पोते पोतियां नूं अपने बच्चों ये चीज़ा दे के जाना तो एक बहुत वड्डी गल है। तो अपनी पोती नूं कहिंदे नाल रखदे आ तां उहनां नूं सिखाउंदे वी आ वी इह पुत आह चीज़ है, तो आने वाले समय के जो घर में कोई गैसट आएगा इन्हां चीज़ों नूं वेखण वास्ते तां तुसीं इस तरह दिखाउणा। यह हवेली जिहड़ी है आने वाले समय के आम लोगों के वास्ते खिच दा केंद्र बनेगी, तो यह इत्थे आ के देख भी सकदे आ ते अपने तुसीं बच्चों नूं आ के इस विरासत दे नाल जोड़ भी सकदे हो। मैं मनीष दे नाल जस्सी बराड़, देखते रहो प्राइम एशिया टीवी, तुहाडा अपना तुहाडे लई, सत श्री अकाल जी।